ਵੱਡੀ ਖਬਰ ਜਲੰਧਰ ਦੇ ਭੋਗਪੁਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭੋਗਪੁਰ ਦੇ ਇੱਕ ਪਿੰਡ ਦੇ ਵਿੱਚ ਗੰਨੇ ਦੇ ਖੇਤਾਂ 'ਚ ਤਿੰਨ ਸ਼ੱਕੀ ਲੁਕੇ ਹੋਣ ਦਾ ਸ਼ੱਕ ਪੁਲਿਸ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਦੱਸਦੀ ਹੈ ਕਿ 7 ਫੁੱਟ ਉੱਚੇ ਕਮਾਦ ਦੇ ਵਿੱਚ ਤਿੰਨ ਸ਼ੱਕੀ ਲੁਕੇ ਹੋਏ ਨੇ ਪੁਲਿਸ 6 ਵਜੇ ਤੋਂ ਇਹਨਾਂ ਦੀ ਭਾਲ ਕਰ ਰਹੀ ਹੈ ਤੇ ਤਕਰੀਬਨ 6 ਘੰਟੇ ਹੋ ਚੱਲੇ ਨੇ ਇਸ ਆਪਰੇਸ਼ਨ ਨੂੰ ਚੱਲਦੇ ਹੋਏ ਦੱਸਦੀ ਹੈ ਕਿ ਡਰੋਨ ਦੀ ਮਦਦ ਨਾਲ ਹੁਣ ਇਹਨਾਂ ਤਿੰਨ ਸ਼ੱਕੀਆਂ ਦੀ ਭਾਲ ਕਿ ਜਾ ਰਹੀ ਹੈ ਤਿੰਨ ਬਦਮਾਸ਼ ਇੱਥੇ ਲੁਕੇ ਹੋਏ ਨੇ ਨਾਕੇ ਦੌਰਾਨ ਪੁਲਿਸ ਨੇ ਇਹਨਾਂ ਨੂੰ ਰੋਕਿਆ ਤਾਂ ਇਹ ਭੱਜ ਕੇ ਇੱਥੇ ਆ ਕੇ ਲੁਕ ਗਏ ਤੇ ਇਹ ਖੇਤ ਇੰਨੇ ਜ਼ਿਆਦਾ ਸੰਘਣੇ ਨੇ ਫਸਲ ਐਨੀ ਜ਼ਿਆਦਾ ਸੰਘਣੀ ਹੈ ਕਿਉਂਕਿ ਫਸਲ ਪੂਰੀ ਤਿਆਰ ਹੋ ਚੁੱਕੀ ਹੈ ਫਸਲ ਹੀ ਐਨੀ ਸੰਘਣੀ ਹੈ ਕਿ ਡਰੋਨ ਦੀ ਮਦਦ ਨਾਲ ਵੀ ਉਹਨਾਂ ਨੂੰ ਦੇਖਿਆ ਨਹੀਂ ਜਾ ਰਿਹਾ ਦੱਸਦੀ ਹੈ ਕਿ ਜੋ ਇਹ ਖਬਰ ਹੈ ਜਲੰਧਰ ਦੇ ਭੋਗਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਲੰਧਰ ਦੇ ਭੋਗਪੁਰ ਵਿੱਚ ਸ਼ੱਕੀ ਲੋਕ ਨੇ ਦੋ ਤੋਂ ਤਿੰਨ ਸ਼ੱਕੀ ਬਦਮਾਸ਼ ਲੁਕੇ ਹੋਏ ਨੇ ਹਾਲਾਂਕਿ ਉਹਨਾਂ ਦੇ ਕੋਲ ਹਥਿਆਰ ਹੈ ਜਾਂ ਨਹੀਂ ਉਹਨਾਂ ਦੀ ਕਿਸ ਮਾਮਲੇ ਵਿੱਚ ਪੁਲਿਸ ਭਾਲ ਕਰ ਰਹੀ ਹੈ ਇਸ ਨੂੰ ਲੈ ਕੇ ਪੁਲਿਸ ਨੇ ਹੁਣ ਤੱਕ ਅਜੇ ਹੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ 6 ਘੰਟੇ ਤੋਂ ਡਰੋਨ ਦੇ ਨਾਲ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਦੌਰਾਨ ਡਰੋਨ ਦੀ ਕਈ ਵਾਰ ਬੈਟਰੀ ਵੀ ਲੋ ਹੋਈ ਹੈ ਤੇ ਬੈਟਰੀਆਂ ਵੀ ਚਾਰਜ ਕੀਤਿਆ ਨੇ ਡਰੋਨ ਦੀਆਂ ਤੇ ਪੁਲਿਸ ਦੇ ਵੱਲੋਂ ਹੋਰ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ ਪੁਲਿਸ ਦੇ ਵੱਲੋਂ ਇਸ ਟੈਂਪ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਵੀ ਇਸ ਆਪਰੇਸ਼ਨ ਦੇ ਵਿੱਚ ਸ਼ਾਮਿਲ ਹੈ ਦਿੱਲੀ ਸਪੈਸ਼ਲ ਸੈੱਲ ਦੀਆਂ ਸ਼ਾਮਲ ਹੋਣ ਦੀਆਂ ਵੀ ਜੋ ਖਬਰਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਲੰਧਰ ਦੇ ਭੋਗਪੁਰ ਦਾ ਜਿਹੜਾ ਇੱਕ ਪਿੰਡ ਦੱਸਿਆ ਜਾ ਰਿਹਾ ਹੈ ਜਿੱਥੇ ਕਿ 2 ਤੋਂ 3 ਸ਼ੱਕੀ ਆ ਕੇ ਕਮਾਦ ਦੇ ਵਿੱਚ ਲੁਕ ਗਏ ਗੰਨੇ ਦੇ ਖੇਤਾਂ ਦੇ ਵਿੱਚ ਲੁਕ ਗਏ ਜਿਨ੍ਹਾਂ ਦੀ ਕਿ ਹੁਣ ਭਾਲ ਕੀਤੀ ਜਾ ਰਹੀ ਹੈ ਇਸ ਗੰਨੇ ਦੇ ਖੇਤਾ ਤਾਂ ਜੇ ਅਗਲੇ ਪਾਸੇ ਦੀ ਗੱਲ ਕਰੀਏ ਤਾਂ ਉਸ ਸਾਈਡ ਇੱਕ ਸੜਕ ਹੈ ਤੇ ਉਸ ਪਾਸੋਂ ਵੀ ਘੇਰਾ ਪਾਇਆ ਗਿਆ ਹੈ ਚਾਰੋਂ ਪਾਸਿਆਂ ਇਸ ਖੇਤ ਨੂੰ ਘੇਰਿਆ ਗਿਆ ਹੈ ਇੱਥੋਂ ਤੱਕ ਕਿ ਜਿਹੜੇ ਪਿੰਡ ਦੀ ਉਸ ਦੀ ਐਂਟਰੀ ਸੜਕ ਹੈ ਉੱਥੇ ਵੀ ਪੁਲਿਸ ਨੇ ਆਪਣੀ ਟੀਮ ਲਗਾ ਰੱਖੀ ਹੈ ਹਾਲਾਂਕਿ ਜਦੋਂ ਪੁਲਿਸ ਦੇ ਕੋਲੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਗਈ ਜਾਂ ਉਹਨਾਂ ਦੇ ਕੋਲੋਂ ਇਹ ਪੁੱਛਿਆ ਗਿਆ ਕਿ ਇਹਨਾਂ ਦੀ ਕਿਸ ਮਾਮਲੇ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ ਜਾਂ ਫਿਰ ਇਹ ਕੌਣ ਨੇ ਕਿ ਇਹਨਾਂ ਦੇ ਕੋਲੋਂ ਕੋਈ ਹਥਿਆਰ ਹੈ ਤੇ ਇਹ ਇਥੇ ਕਿਵੇਂ ਆ ਕੇ ਲੁਕ ਗਏ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪੁਲਿਸ ਨੇ ਕਿਹਾ ਸੀ ਜਲਦ ਹੀ ਜਦੋਂ ਤੱਕ ਇਹ ਫੜੇ ਨਹੀਂ ਜਾਂਦੇ ਉਦੋਂ ਤੱਕ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਕਿਉਂਕਿ ਅਸਲ ਦੇ ਵਿੱਚ ਪੁਲਿਸ ਨੂੰ ਖੁਦ ਹੀ ਨਹੀਂ ਪਤਾ ਇਸ ਕਮਾਟ ਦੇ ਅੰਦਰ ਕਿੰਨੇ ਜਣੇ ਲੁਕੇ ਹੋਏ ਨੇ ਤੇ ਪੁਲਿਸ ਨੇ ਕਿਹਾ ਜਦੋਂ ਤੱਕ ਅਸੀਂ ਇਹਨਾਂ ਨੂੰ ਫੜ ਨਹੀਂ ਲੈਂਦੇ ਉਦੋਂ ਤੱਕ ਅਸੀਂ ਇਹ ਨਹੀਂ ਦੱਸ ਪਾਵਾਂਗੇ ਕਿ ਅਸੀਂ ਇਹਨਾਂ ਦੀ ਕਿਸ ਮਾਮਲੇ ਦੇ ਜਿਹੜੇ ਭਾਲ ਕਰ ਰਹੇ ਹਾਂ ਪੁਲਿਸ ਨੇ ਇੱਕ ਨਾਕਾ ਲਗਾਇਆ ਹੋਇਆ ਸੀ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਇੱਕ ਨਾਕਾ ਲਗਾਇਆ ਹੋਇਆ ਸੀ ਉਸ ਨਾਕੇ ਦੇ ਵਿੱਚ ਜਦੋਂ ਕੁਝ ਸ਼ੱਕੀ ਨੌਜਵਾਨਾਂ ਨੂੰ ਕੁਝ ਛੱਕੇ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਦਾ ਨਾਕਾ ਤੋੜ ਕੇ ਇਹਨਾਂ ਗੰਨੇ ਦੇ ਖੇਤਾਂ ਦੇ ਵਿੱਚ ਜਾ ਕੇ ਲੋਗੇ ਨਵੀਂ ਖਬਰ ਲੈ ਕੇ ਜਲਦ ਹੀ ਆਵਾਂਗੇ ਉਦੋਂ ਤੱਕ ਦੇ ਲਈ ਧੰਨਵਾਦ